की 20 तारीख की दोपहर 2 बजे भी जाना है, क्योंकि दुकान पर दो लोग आ रहे हैं और फिर कभी सूट लेने हैं। अच्छे पर वो सूट दिखा लेंगे, दिखा लगा सर, क्योंकि मैं कैसे गिर रहा था मैंने उनको नहीं बता रही है, क्योंकि मैं अपने दिल बैंक से पैसे जमा कर रही थी, कैसे मेरे हाथ में गिरता है, मैंने पूछना पे आता है सूट कितना भी लेने हैं। मैंने गला च लगा लिया, गला च करते करते उसका बंदा एक आया और अपने मोटे मोटे लोगों कॉल लोहिया अजय मैं उन्होंने रिफ्यूज़ करता पे तो वो आपस कस्टमर अगर दो लोग पहले आए थे जो तीसरा बंदा आया वो आपस डिस्कशन कर रहा है। मैंने उन्होंने कुछ गलों च लगा लिया इस तरह भी अपन गलों करते करते मैंने इन्होंने इस तरह कंटैक्ट किया कि भी मैं ना परेशान और नर्वस हो गया, जिदा तुम कह रहे हो कि हिप्नोटाइज करना होंगे किसी बंद उस तरह किया उन्होंने, मैं मेरे हाथों पैसे खोए है और दूसरे बंदे दते है और मैं हल्का जहा धक्का लगाया, मैं इतने स्कूल से बैठ गया और एक तरह मतलब मैं जिसनों कहते ना बोंदल जाता बंदा बेकार हो जाता, मैं मिट्टी का पुतला बन के बैठ गया। वो इन्नी गलू निकल गया जी, मैं तकरीबन 10 मिनट बाद समझ लगी है कि भी मेरे नाल की होया। 20 तारीख की गल है, 20 तारीख 2 बजे की गल है जी। असि उस तो बाद कंप्लेन लिखाई है 4 नंबर डिवीजन च। ਤੁਹਾਡੇ ਦੁਕਾਨ ਦਾ ਕੋਈ ਫੁਟੇਜ ਵਗੈਰਾ? ਦੁਕਾਨ ਕਿੱਥੇ ਆਪਣੀ? ਦੁਕਾਨ ਮੇਰੀ ਹੈ ਜੀ ਪੰਜਾਬ ਨੈਸ਼ਨਲ ਬੈਂਕ ਕੰਪਨੀ ਬਾਗ ਚੌਂਕ ਹੈ ਜੀ, ਪੰਜਾਬ ਨੈਸ਼ਨਲ ਬੈਂਕ ਮੇਨ ਬ੍ਰਾਂਚ ਉਹਦੇ ਐਡਜੋਇਨਿੰਗ ਮੇਰੀ ਦੁਕਾਨ ਹੈ ਜੀ। ਔਰ ਉਹਦਾ ਨਾਮ ਕੀ ਹੈ? ਇੰਦਰਾ ਟ੍ਰੇਡਿੰਗ ਕੰਪਨੀ ਉਸਿਮ ਸ਼ੁਰੂ ਜੀ। ਠੀਕ ਹੈ, ਤੇ ਕੋਈ ਫੁਟੇਜ ਵਗੈਰਾ ਹੈ? ਫੁਟੇਜ ਇਸ ਤਰ੍ਹਾਂ ਜੀ ਕਿ ਪੰਜਾਬ ਨੈਸ਼ਨਲ ਬੈਂਕ ਦਾ ਸੀਸੀ ਕੈਮਰਾ ਲੱਗਾ ਜੀ, ਉਧਰੋਂ ਨਿਕਲ ਸਕਦੀ ਹੈ ਜੀ, ਜਾਂ ਸਾਹਮਣੇ ਜੁਐਲਰਸ ਦੀ ਸ਼ਾਪਸ ਹੈਗੀ ਆ ਉਹਨਾਂ ਤੋਂ ਨਿਕਲ ਸਕਦੀ ਹੈ। ਤੇ ਤੁਹਾਡੇ ਦੁਕਾਨ ਤੇ ਕੋਈ ਫੁਟੇਜ ਹੈ? ਨਹੀਂ, ਮੇਰੇ ਕੋਲ ਦੁਕਾਨ ਤੇ ਕੋਈ ਫੁਟੇਜ ਨਹੀਂ, ਮੇਰੀ ਕੋਈ ਇਲੈਕਟ੍ਰਿਸਿਟੀ ਪ੍ਰੋਬਲਮ ਮੀਟਰ ਦੀ ਚੱਲ ਰਹੀ ਹੈ, ਇਸ ਵਜ੍ਹਾ ਨਾਲ ਮੇਰੇ ਕੋਲ ਉਸ ਵੇਲੇ ਕੋਈ ਲਾਈਟ ਨਹੀਂ ਸੀਗੀ, ਲਾਈਟ ਸਿਸਟਮ ਨਹੀਂ। ਤੁਸੀਂ ਉਸ ਵਕਤ ਦੁਕਾਨ ਤੇ ਇਕੱਲੇ ਸੀਗੇ ਜਾਂ ਫਿਰ? ਮੈਂ ਉਸ ਟਾਈਮ ਦੁਕਾਨ ਤੇ ਇਕੱਲਾ ਸੀਗਾ ਜੀ। ਠੀਕ, ਮੈਂ ਇਕੱਲਾ ਸੀਗਾ ਜੀ। ਤੁਸੀਂ ਕੰਪਲੇਂਟ ਦਿੱਤੀ ਸੀ? ਮੈਂ ਉਸ ਵੇਲੇ 20 ਤਾਰੀਖ ਨੂੰ ਕੰਪਲੇਂਟ ਕੀਤੀ ਹੈ ਜੀ 4 ਨੰਬਰ ਡਿਵੀਜ਼ਨ ਚ, ਔਰ ਉਸ ਤੋਂ ਬਾਅਦ ਜੋ 4 ਨੰਬਰ ਡਿਵੀਜ਼ਨ ਤੋਂ ਬਾਅਦ ਮੈਂ 2-3 ਵਾਰ ਉੱਥੇ ਵੀ ਗਿਆ, ਉਸ ਤੋਂ ਬਾਅਦ ਜੋ ਸੀਸੀ ਕਮਿਸ਼ਨਰ ਆਫ ਪੁਲਿਸ ਉੱਥੇ ਵੀ 2-3 ਵਾਰ ਗਿਆ ਜੀ, ਉੱਥੇ ਵੀ ਮੇਰੀ ਸੁਣਵਾਈ ਨਹੀਂ ਹੋਈ, ਲੇਕਿਨ ਉੱਥੇ ਉਹਨਾਂ ਦੇ ਮੌਕੇ ਦੇ ਉੱਪਰ ਜਿਹੜਾ ADC ਸੁਹੇਲ ਮੀਰ ਸਾਹਿਬ ਹੈ ਜੀ, ਉਹਨਾਂ ਨੇ ਮੇਰੇ ਸਾਹਮਣੇ SHO ਸਾਹਿਬ ਰਕੇਸ਼ ਕੁਮਾਰ ਜੀ ਨੂੰ ਫੋਨ ਕੀਤਾ 2 ਵਾਰ ਔਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ। ਤੁਹਾਨੂੰ ਕੀ ਜਵਾਬ ਦਿੱਤਾ ਉਹਨਾਂ ਨੇ? ਮੈਨੂੰ ਉਹਨਾਂ ਨੇ ਕਿਹਾ ਜੀ ਉੱਥੇ ਸੁੱਚਾ ਸਿੰਘ ਜੀ ਹੈ, ਉਹਨਾਂ ਨੂੰ ਕੰਪਲੇਂਟ ਦਿੱਤੀ ਗਈ ਹੈ, ਕਹਿੰਦੇ ਜੀ ਉਹ ਵਿਜ਼ਿਟ ਕਰਨਗੇ ਪਰ ਉਹ ਆਏ ਨਹੀਂ, ਫਿਰ ਉਹ ਕਹਿੰਦੇ ਜੀ ਛੁੱਟੀ ਤੇ, ਮੈਂ ਕਿਹਾ ਜੀ ਕੁਛ ਹੋਰ ਦੀ ਡਿਊਟੀ ਲਗਾ ਦਿਓ, ਕੋਈ ਗੱਲ ਨਹੀਂ ਆ ਜਾਂਦੇ ਹੈ, ਉਹ ਖੁਦ ਵਿਜ਼ਿਟ ਨਹੀਂ ਕੀਤੇ। ਉਸ ਤੋਂ ਬਾਅਦ ਅਸੀਂ ਫਿਰ ਕਿਤੇ ਹੋਰ ਅਪਰੋਚ ਲਗਾ ਕੇ ਕਿਹਦਾ ਨਾਮ ਜਗਮੋਹਨ ਸਰਦਾਰ ਜਗਮੋਹਨ ਸਿੰਘ ਜੀ ਹੈ ਲਾਅ ਐਂਡ ਆਰਡਰ, ਉਹਨਾਂ ਨੂੰ ਅਪਰੋਚ ਕੀਤੀ ਹੈ, ਉਹਨਾਂ ਨੇ ਫਿਰ ਉਸ ਤੋਂ ਬਾਅਦ ਚੋਂ DC ਤੱਕ SHO ਸਾਹਿਬ ਤੱਕ ਕੰਪਲੇਂਟ ਕੀਤੀ ਹੈ ਸਾਡੀ, ਅਤੇ ਉਹਨਾਂ ਨੇ ਸਿਰਫ 2 ਬੰਦੇ ਭਿਜਵਾਏ ਆ ASI। ਕਦੋਂ ਭਿਜਵਾਏ ਸੀਗੇ? ਅੱਜ ਭਿਜਵਾਏ ਜੀ, ਅੱਜ 20 ਤਾਰੀਖ ਦੀ ਘਟਨਾ ਹੈ ਤੇ ਅੱਜ ਤੁਸੀਂ CP ਆਫਿਸ ਜਾ ਕੇ ਸਾਰੀ ਗੱਲਬਾਤ ਕੀਤੀ ਹੈ ਅਫਸਰ ਦੇ ਨਾਲ, ਹੈ ਨਾ? ਤੇ ਉਹਨਾਂ ਨੇ ਅੱਜ ਆ ਕੇ 2 ASI? ਨਹੀਂ ਜੀ, ਮੈਂ ਕੱਲ ਵੀ ਗਿਆ ਸੀਗਾ ਜੀ, 3 ਚੱਕਰ ਮੇਰੇ ਕੱਲ ਲੱਗੇ ਜੀ, ਅੱਜ ਮੇਰੇ 1 ਚੱਕਰ ਲੱਗਾ ਜੀ, ਪਲੱਸ ਮੈਂ ਫੋਨ ਵੀ ਕੀਤਾ ਜੀ ਉਹਨਾਂ ਨੂੰ। 6 ਦਿਨਾਂ ਬਾਅਦ ਤੁਹਾਡੀ ਦੁਕਾਨ ਤੇ ਕੋਈ 2 ਬੰਦੇ ਆਏ ਨੇ? 2 ਬੰਦੇ ਆਏ ਜੀ, ਔਰ 4 ਨੰਬਰ ਡਿਵੀਜ਼ਨ ਵਾਕਿੰਗ ਡਿਸਟੈਂਸ ਮੇਰੀ ਦੁਕਾਨ ਤੋਂ ਮੇਰਾ ਖਿਆਲ ਹੈ ਕਿ 2.5-3 ਮਿੰਟ ਦਾ ਰਸਤਾ ਜੀ, ਇਸ ਤੋਂ ਵੱਧ ਨਹੀਂ। ਮੈਂ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਜੇ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਜੇ 3 ਮਿੰਟ ਦਾ ਵਾਕਿੰਗ ਡਿਸਟੈਂਸ ਨਹੀਂ ਚੱਲ ਕੇ ਆ ਸਕਦੀ ਤੇ ਇਹ ਸਾਰੇ ਏਰੀਏ ਨੂੰ ਕਿੱਦਾਂ ਕੰਟਰੋਲ ਕਰਦੀ ਹੈ? ਇੱਕ ਸਿਵਲ ਬੰਦੇ ਵਾਸਤੇ, ਇੱਕ ਆਮ ਜਨਤਾ ਵਾਸਤੇ ਇਹ ਕਿੰਨੀ ਕੁ ਪਰੇਸ਼ਾਨੀ ਦੀ ਘਟਨਾ ਹੈ? ਚਲੋ ਜੀ, ਮੈਂ ਤਾਂ ਬਰਦਾਸ਼ਤ ਕਰ ਸਕਦਾ ਕਿ ਮੇਰਾ 25,000 ਰੁਪਇਆ ਗਿਆ, ਮੈਂ ਕਿਸੇ ਨੇ ਕਿਤੇ ਔਖਾ ਸੌਖਾ ਬਰਦਾਸ਼ਤ ਕਰ ਲੂ, ਕਿਉਂਕਿ ਮੈਂ EMI ਡਿਪੋਜ਼ਿਟ ਕਰਾਉਣੀ ਸੀ ਬੈਂਕ 'ਚ, ਮੈਂ ਕਿਤੇ ਨਾ ਕਿਤੇ ਕਰੂੰਗਾ ਜੀ, ਮੈਨੂੰ ਤਾਂ ਕਰਨਾ ਹੀ ਪੈਣਾ, ਠੀਕ ਹੈ ਨਾ ਜੀ? ਲੇਕਿਨ ਇੱਕ ਉਹ ਬੰਦਾ ਜਿਹਦੀ ਤਨਖਾਹ ਹੀ 15-18,000 ਰੁਪਇਆ ਹੋਏਗੀ, ਉਹ ਆਪਣੇ ਘਰ ਦਾ ਖਰਚਾ ਚਲਾਏਗਾ, ਗਰੋਸਰੀ ਲਏਗਾ, ਬਿਜਲੀ ਦਾ ਬਿੱਲ ਦੇਗਾ, ਕਿਰਾਇਆ ਦੇਗਾ, ਬੱਚਿਆਂ ਦੀ ਫੀਸ ਦੇਗਾ, ਜੇ ਬਾਏ ਚਾਂਸ ਦੀ ਗੱਲ ਹੈ ਉਹਦੇ ਕੋਲ ਕਿਤੇ ਇਸ ਤਰ੍ਹਾਂ ਦੇ ਪੈਸੇ ਗੁੰਮ ਜਾਂਦੇ ਹੈ, ਹੋ ਸਕਦਾ ਉਹਨੇ ਆਪਣੀ ਇਲਾਜ ਵਾਸਤੇ ਰੱਖੇ ਹੋਣ, ਹੋ ਸਕਦਾ ਉਹਨੇ ਆਪਣੇ ਸੁੱਖ ਦੁੱਖ ਵਾਸਤੇ ਰੱਖੇ ਹੋਣ, ਹੋ ਸਕਦਾ ਕਿਸੇ ਵੀ ਪਰਪਜ਼ ਵਾਸਤੇ ਰੱਖੇ ਹੋਣ, 20 ਤਰ੍ਹਾਂ ਦੀ ਪਰੇਸ਼ਾਨੀ ਅੱਜ ਦੇ ਜ਼ਮਾਨੇ 'ਚ ਹੈਗੀ ਹੈ, ਉਹ ਕਿੱਥੇ ਜਾਏਗਾ? ਕਿਆ ਉਹ ਕ੍ਰਾਈਮ ਦੀ ਦੁਨੀਆਂ 'ਚ ਦੁਬਾਰਾ ਆ ਜਾਏਗਾ, ਜਾਂ ਉਸ ਬਰਦਾਸ਼ਤ ਨੂੰ ਚੱਲਦੇ ਹੋਏ ਕਿਸੇ ਕੋਲ ਪੈਸੇ ਬੋਰੋ ਕਰੇਗਾ, ਉਹਨੂੰ ਭੁਗਤਾਉਂਦੇ ਕਈ ਸਾਲ ਨਿਕਾਲੇਗਾ? ਬੜਾ ਬਹੁਤ ਸ਼ੇਮਫੁਲ ਹੈ ਇਸ ਵਾਸਤੇ। ਪੈਸੇ ਕਿੰਨੇ ਸੀ ਟੋਟਲ ਇੱਕ ਵਾਰ ਦੁਬਾਰਾ? ਮੇਰੇ ਕੋਲ 25,000 ਰੁਪਇਆ ਸੀਗਾ ਜੀ, 12 ਨੋਟ ਸੀਗੇ ਜੀ 2,000 ਦੇ, ਤੇ 2 ਨੋਟ ਸੀਗੇ ਜੀ 500 ਵਾਲੇ। ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਆ? ਮੈਂ ਤਾਂ ਪ੍ਰਸ਼ਾਸਨ ਕੋਲ ਡਿਮਾਂਡ ਕਰਦਾ ਜੀ, ਇਹ ਮੰਗ ਕਰਦਾ ਕਿ
हर बंदे नूं न्याय मिलना चाहिए। गवर्नमेंट उन्हां नूं पैसे दिंदी है ते वह पब्लिक वास्ते काम करदे, जे पब्लिक वास्ते काम करदे जे काम ही नहीं हो रहा तो पब्लिक कित्थे जाएगी। ये न्याय होना चाहिए हर बंदे वास्ते। अज मैं जे कह रहा तो सब वास्ते न्याय होना चाहिए जी, मेरे कल्ले वास्ते दी गल नहीं है। जेकर तुहानू इंसाफ नहीं मिलेगा तो अगला कदम की होगा जी? इंसाफ नहीं मिलेगा जी, हार के थक के इंसान अपना दोबारा काम कर लेगा, यही करेगा ना, और कितों नहीं कर सकता। सब तो पहला सत श्री अकाल जी, मैं सुरिंदर सिंह, डिस्ट्रिक्ट ज्वाइंट सैकटरी आम आदमी पार्टी। देखो गल ये है कि मेरे बहुत ही अजीज दोस्त ने सरजू खन्ना जी, जिन्हां दे नाल एक तीन बंदिया ने 25,000 रुपए की ठगी की है, जो कि 20 तारीख की हुई है, 20/10/2021 की। अज दी डेट विच लगभग एक हफ्ता हो जा रहा है, पुलिस प्रशासन नूं असीं कंप्लेंट की उस दिन तो लैके अज तक कोई कार्रवाई नहीं हुई, लगभग एक हफ्ता हो गया। मैं कमिश्नर पुलिस सरदार नौ निहाल सिंह जी तो मंग करदा हाँ कि प्रशासन तुसी चला रहे हो, तुसी शहर के मालक हो, जिले के पुलिस प्रशासन के, तो तुहाडे हुंदिया होया, क्योंकि मतलब देखो कि कार्रवाई ना होवे, ढिली कार्रवाई ये कोई बहुत चंगी गल नहीं हैगी। मैं पुलिस प्रशासन तो मंग करदा हाँ कि जो ये घटना वापरी है उसकी मतलब जड़ी है कि कार्रवाई बंदी की जाए, और जड़े दोषी ने उन्होंने गिरफ्तार किया जाए, और जिन्हों का नुकसान होया सरजू खन्ना जी उन्होंने इंसाफ दिता जाए। देखा जाए तो घटना नूं अज 6 दिन हो गए ने, ते अज 6 दिन बाद उन्होंने 2 SI भेजे ने, इस चीज नूं कैसे देखो? देखो गल बड़ी सीधी जी है जी कि असी कंप्लेंट दिती सी ते 6 दिन बाद अज 2 ASI आए। ਇਹ ਜਿਹੜੀ ਕੰਪਲੇਂਟ ਅਸੀਂ ਦਿੱਤੀ ਸੀ ਉਹ ਕੰਪਲੇਂਟ ਦਿੱਤੀ ਸੀ ਜੀ ਸੁੱਚਾ ਸਿੰਘ ਜੀ ਸੀਗੇ ਉਸ ਦਿਨ ਡਿਊਟੀ ਅਫਸਰ, ਤੇ ਜਦੋਂ ਅਸੀਂ ਬਾਅਦ ਦੇ ਵਿੱਚ ਥਾਣੇ ਦੇ ਵਿੱਚ ਗਏ ਹਾਂ ਤੇ ਸਾਨੂੰ ਕਿਹਾ ਗਿਆ ਕਿ ਸੁੱਚਾ ਸਿੰਘ ਜੀ ਛੁੱਟੀ ਦੇ ਹੈਗੇ ਨੇ, ਤੇ ਮੈਂ ਜਿਹੜੇ ASI ਸਾਹਿਬ ਅੱਜ ਆਏ ਸੀਗੇ ਉਹਨਾਂ ਨੂੰ ਇਹ ਪੁੱਛਿਆ ਕਿ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਅਗਰ ਸੁੱਚਾ ਸਿੰਘ ਜੀ ASI ਸਾਹਿਬ ਛੁੱਟੀ ਤੇ ਚਲੇ ਗਏ ਤੇ ਕੀ ਤੁਸੀਂ ਥਾਣਾ ਬੰਦ ਕਰ ਦਿੱਤਾ? ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਡਿਊਟੀ ਅਫਸਰ ਨਹੀਂ ਹੈਗਾ? ਤੇ ਉਹਨਾਂ ਕੋਲੋਂ ਮੈਨੂੰ ਜਵਾਬ ਤਸੱਲੀ ਬਖਸ਼ ਨਹੀਂ ਮਿਲਿਆ। ਤੇ ਮੈਂ ਇੱਕ ਚੀਜ਼ ਪੁੱਛਣੀ ਚਾਹੂੰਗਾ ਕਿ ਜਿਹੜੇ ਅਫਸਰ ਨੂੰ ਕੋਈ ਵੀ ਸਿਵਲ ਪਰਸਨ ਜਾ ਕੇ ਦਰਖਾਸਤ ਦਿੰਦਾ ਹੈ, ਜਦੋਂ ਕੋਈ ਵੀ ਮਤਲਬ ਉਹਨੂੰ ਦਰਖਾਸਤ ਦਿੱਤੀ ਜਾਂਦੀ ਹੈ ਕਿਸੇ ਵੀ ਥਾਣੇ ਦੇ ਵਿੱਚ, ਤੇ ਜਦੋਂ ਉਹ ਅਫਸਰ ਅਗਰ ਬਾਈ ਚਾਂਸ ਕਿਸੇ ਕਾਰਨ ਵਸ਼ ਛੁੱਟੀ ਤੇ ਚਲਾ ਜਾਂਦਾ ਹੈ, ਤਾਂ ਕੀ ਉਹਦੀ ਜਗ੍ਹਾ ਦੇ ਉੱਤੇ ਕੋਈ ਹੋਰ ਡਿਊਟੀ ਅਫਸਰ ਨਹੀਂ ਹੁੰਦਾ? ਡਿਊਟੀ ਅਫਸਰ ਤਾਂ ਬਾਕਾਇਦਾ ਹੁੰਦੇ ਨੇ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਇੱਕ ਡਿਊਟੀ ਅਫਸਰ ਹੀ ਹੈਗਾ ਮੌਕੇ ਦੇ ਉੱਤੇ ਤੇ ਹੋਰ ਕੋਈ ਡਿਊਟੀ ਅਫਸਰ ਹੀ ਨਹੀਂ ਹੈਗਾ। ਅਗਰ ਉਹ ਛੁੱਟੀ ਤੇ ਚਲਾ ਗਿਆ ਤਾਂ ਉਹਦੀ ਜਗ੍ਹਾ ਦੇ ਉੱਤੇ ਕੋਈ ਦੂਸਰਾ ਡਿਊਟੀ ਅਫਸਰ ਜਿਹੜਾ ਹੈ ਮੌਕੇ ਤੇ, ਉਹ ਆ ਕੇ ਕਾਰਵਾਈ ਕਿਉਂ ਨਹੀਂ ਕਰਦਾ? 6 ਦਿਨ ਹੋ ਗਏ, 6 ਦਿਨਾਂ ਦੇ ਵਿੱਚ ਅਗਰ ਸਾਡੇ ਲੋਕਾਂ ਦੀ, ਜਿਹੜੇ ਸ਼ਹਿਰ ਦੇ ਅਸੀਂ ਮੁੱਧਵਰ ਲੋਕ ਹਾਂ, ਸਾਡੇ ਲੋਕਾਂ ਦੀ ਹੀ ਮਤਲਬ ਜਿਹੜੀ ਕੰਪਲੇਂਟ ਹੈ ਉਹਦੇ ਉੱਤੇ ਹੀ ਕਾਰਵਾਈ ਨਹੀਂ ਕੀਤੀ ਜਾਏਗੀ, ਤੇ ਇੱਕ ਆਮ ਨਾਗਰਿਕ ਜਿਹਦੀ ਕੋਈ ਪਹਿਚਾਣ ਨਹੀਂ ਹੁੰਦੀ, ਉਹ ਇੱਕ ਆਮ ਨਾਗਰਿਕ ਹੈ, ਉਹ ਤਾਂ ਫਿਰ ਦਰ ਬਦਰ ਠੋਕਰਾ ਖਾਂਦਾ ਰਹੇਗਾ ਥਾਣਿਆਂ ਦੇ ਵਿੱਚ।